नमस्कार योग गुरु प्यारी सत्संग जीओ सब तो पहला गुरु महाराज की बख्शिश की फतेह प्रवान करो गजबज के फतेह बुलाओ जी वाहेगुरु जी का खालसा वाहेगुरु जी की फतेह। सतगुरु महाराज जी ने बख्शिशां कीतियां जिथे आपां कल खालसा का सिरजन दिवस सिरजना दिवस मनाया खालसे की उत्पना दसवें पातशाह धन धन गुरु गोबिंद सिंह महाराज जी ने की उसनू याद करदे आ। कल बड़ी ही धूमधाम के नाल आप जी ने हाजरियां भरिया अज भी इस संबंध में दीवान सजाए गए हैं। संगतां नूं बेनती है जिहड़ियां संगतां जा रही हैं दो मिनट बैठ जाओ नगर कीर्तन दीआं सूचनावां साझियां करनियां हन कुछ आउण वाले प्रोग्रामां दीआं सूचनां साझियां करनियां हन। सो बेनती है कि दो चार मिनट जरूर दे दिया करो। ठीक है तुसीं काफ़ी समय तो बैठे हो ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਨੂੰ। ਜੋ ਇਹ ਦਿਵਸ ਹੁੰਦੇ ਹਨ ਇਹਨਾਂ ਨੂੰ ਅਸੀਂ ਆਪਣੇ ਆਪਣੇ ਢੰਗ ਦੇ ਨਾਲ ਯਾਦ ਕਰਦੇ ਹਾਂ ਯਾਦਾਂ ਮਨਾਉਂਦੇ ਹਾਂ। ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਕੀ ਹੈ ਮੋਰਿਓ ਜੇ ਅੰਮ ਲਾ ਦੇਈਏ ਤਾਂ ਮਗਰ ਰਹਿ ਜਾਂਦੀ ਮਿਰਤ ਮਿਰਤ ਹੈ ਮੌਤ। ਮੌਤ ਦਾ ਭੈ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਦੀ ਸ਼ਕਤੀ ਸਾਨੂੰ ਬਖਸ਼ਿਸ਼ ਕੀਤੀ। ਅਸੀਂ ਅੰਮ੍ਰਿਤ ਛੱਕ ਕੇ ਸ਼ੇਰਾਂ ਦਾ ਮੁਕਾਬਲਾ ਕਰਨ ਵਾਲੇ ਬਣ ਗਏ ਪਰ ਜਿਨ੍ਹਾਂ ਨੇ ਨਹੀਂ ਛਕਿਆ ਕੀ ਉਹ ਵੀ ਇਹ ਕਹਿ ਸਕਣਗੇ? ਗੁਰੂ ਦਾ ਹੁਕਮ ਹੈ ਗੁਰੂ ਦਾ ਹੁਕਮ ਮੰਨਣ ਵਾਸਤੇ ਗੁਰੂ ਮਹਾਰਾਜ ਜੀ ਨੇ ਸਾਨੂੰ ਪ੍ਰੇਰਨਾ ਕੀਤੀ ਹੈ। ਜੋ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ ਕੀਰਤਨ ਕਰਦੇ ਹਾਂ ਢਾਡੀ ਵਾਰਾਂ ਸੁਣਦੇ ਹਾਂ ਕਥਾ ਸਰਵਣ ਕਰਦੇ ਹਾਂ ਗੁਰੂ ਮਹਾਰਾਜ ਜੀ ਇੱਕੋ ਗੱਲ ਕਹਿੰਦੇ ਨੇ ਜਿੱਥੋਂ ਆਏ ਹਾਂ ਉੱਥੇ ਜਾਣਾ ਪੈਣਾ ਹੈ। ਜਾ ਕੇ ਜਵਾਬ ਕੀ ਦੇਵਾਂਗੇ ਇੱਥੇ ਤੇ ਅਸੀਂ ਇੱਕ ਦੂਸਰੇ ਨਾਲ ਬਹਿਸ ਕਰਕੇ ਸਵਾਲ ਜਵਾਬ ਕਰ ਲੈਂਦੇ ਹਾਂ ਘੱਟ ਘੱਟ ਕੇ ਅੰਤਰ ਕੀ ਜਾਣ ਸਾਡੇ ਦਿਲਾਂ ਦੀ ਜਾਣਨ ਵਾਲਾ ਭਾਵੇਂ ਅਸੀਂ ਆਪ ਤਾਂ ਜਾਣਦੇ ਹਾਂ ਕਿਸੇ ਨੂੰ ਨਹੀਂ ਪਤਾ ਪਰ ਉਹਦੇ ਕੋਲੋਂ ਕੋਈ ਰੁਕੋਇਆ ਨਹੀਂ ਜਾ ਸਕਦਾ। ਜੋ ਬੀਜਣਾ ਹੈ ਉਹ ਵੱਢਣਾ ਹੀ ਪੈਣਾ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦਾ ਵਚਨ ਗੁਰੂ ਦਾ ਹੁਕਮ ਸੁਣਿਆ ਕਰੀਏ ਅਤੇ ਉਹਦੇ ਵਿੱਚੋਂ ਥੋੜ੍ਹਾ ਬਹੁਤਾ ਹੀ ਅਸੀਂ ਮਨ ਦੇ ਉੱਤੇ ਵਸਾ ਲਈਏ ਕਿਉਂਕਿ ਮਨ ਜੋ ਹੈ ਇਹ ਆਤਮਾ ਜੋ ਹੈ ਉਸ ਪਰਮਾਤਮਾ ਦੀ ਇਕਾਂਸ਼ ਹੈ। ਇਹਨੂੰ ਕਾਲਕ ਧੋਣ ਵਾਸਤੇ ਸਾਨੂੰ ਗੁਰੂ ਮਹਾਰਾਜ ਜੀ ਨੇ ਦੱਸਿਆ ਹੈ ਨਾਮ ਜਪੋ ਵੰਡ ਕੇ ਛਕੋ ਧਰਮ ਦੀ ਕਿਰਤ ਕਰੋ। ਇਹੀ ਸਾਡੇ ਉਪਰਾਲੇ ਹਨ ਕਿ ਗੁਰੂ ਮਹਾਰਾਜ ਦਾ ਹੁਕਮ ਵਾਰ ਵਾਰ ਦੁਹਰਾਇਆ ਜਾਏ। ਪਰਸੋਂ ਤੋਂ ਗੁਰਮੁਖ ਪਰਿਵਾਰ ਨੇ ਖਾਲਸੇ ਦੀ ਸਿਰਜਣਾ ਦਿਵਸ ਦੇ ਸੰਬੰਧ ਵਿੱਚ ਅਖੰਡ ਪਾਠ ਪ੍ਰੋਗਰਾਮ ਮੁਕਾਏ ਸਨ ਜਿਨ੍ਹਾਂ ਦੇ ਭੋਗ ਪਏ ਹਨ। ਆਪਣੇ ਪਾਸ ਆਪਾਂ ਵੱਧ ਤੋਂ ਵੱਧ ਵਿਦਵਾਨ ਸੱਜਣਾਂ ਨੂੰ ਸੱਦਾ ਦੇ ਕੇ ਬੁਲਾਉਂਦੇ ਹਾਂ ਕਿ ਅਸੀਂ ਅੱਜ ਇਹਨਾਂ ਦਿਨਾਂ ਦੇ ਉੱਤੇ ਆ ਕੇ ਕੁਝ ਨਾ ਕੁਝ ਉਹਨਾਂ ਤੋਂ ਪ੍ਰਾਪਤ ਕਰ ਸਕੀਏ। ਕੀਰਤਨੀ ਜਥੇ ਸੱਜੇ ਢੰਗ ਦੇ ਨਾਲ ਕੀਰਤਨ ਆਪ ਜੀ ਨੂੰ ਸੁਣਾ ਸਰਵਣ ਕਰਵਾ ਸਕਣ ਇਹ ਯਤਨ ਹੁੰਦਾ ਹੈ ਪ੍ਰਬੰਧਕ ਕਮੇਟੀ ਦਾ। ਸੋ ਆਪ ਨੇ ਲਾਹਾ ਲੈਣਾ ਹੈ ਜੇ ਲਾਹਾ ਲੈ ਸਕੋ ਤਾਂ ਬਹੁਤ ਚੰਗੀ ਗੱਲ ਹੈ। ਜੇ ਅਸੀਂ ਸਿਰਫ ਮੱਥਾ ਟੇਕ ਕੇ ਲੰਗਰ ਹੀ ਛਕਣਾ ਹੈ ਉਹਦਾ ਫਲ ਫਿਰ ਆਪਾਂ ਨੂੰ ਓਨਾ ਕੁ ਮਿਲਣਾ ਹੈ ਜਿੰਨਾ ਕੁ ਆਪਾਂ ਗੁਰੂ ਦੀ ਰਜ਼ਾ ਦੇ ਵਿੱਚ ਰਹਿਵਾਂਗੇ। ਖੈਰ ਗੱਲਾਂ ਬਹੁਤ ਹੁੰਦੀਆਂ ਨੇ ਪਹਿਲਾਂ ਤੋਂ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਪਰਿਵਾਰ ਸੰਦੀਪ ਸਿੰਘ ਜੀ ਅਤੇ ਪਵਨ ਕੌਰ ਜੀ ਮਾਨ ਫੈਮਿਲੀ ਪਵਨਦੀਪ ਕੌਰ ਮਾਨ ਜਿਨ੍ਹਾਂ ਨੇ ਪਰਸੋਂ ਤੋਂ ਸੇਵਾ ਕੀਤੀ ਅਖੰਡ ਪਾਠ ਸਾਹਿਬ ਜੀ ਸਵੇਰੇ ਭੋਗ ਪਏ ਹਨ ਉਪਰੰਤ ਦੀਵਾਨ ਸਜੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਜਾਣ ਅਤੇ ਮੈਂ ਬੇਨਤੀ ਕਰਾਂਗਾ ਸਾਡੇ ਗ੍ਰੰਥੀ ਸਿੰਘ ਭਾਈ ਰਾਮ ਸਿੰਘ ਜੀ ਮ
मानयोग भाई साहब साढ़े कीर्तन जथे के जथेदार भाई जग सिंह जी उन्होंने इस रुपा देंगे। साड़ी अरदास है सतगुरु बख्शिश कर परिवार को चढ़दी कला जिन्हों भावना के नाल उन्होंने सेवा की है उन्होंने सेवा देखे लाउन तन मन धन द्वारा परिवार ने सेवा की इन्हों का बहुत बहुत धन्यवाद है। सतगुरु चढ़दी कला बख्शिश कर बोले सोनिया बोले सोनिया सतगुरु परिवार को चढ़दी कला बख्शिश कर करो करो नामदान गुरु सिखी जीवन कित कमाइया बरकता पाउण साडी सारिआं दी अरदास है। खास इहदे सिजना दिवस की परिवार को भी वधाई ते आईआं सारिआं ही संगतां नूं लख लख वधाई होवे। सारिआं नूं सतगुरु मेरा भरिआ हथ सिर ते रख के अपने चरणां नाल जोड़न। ते हुण मैं बेनती करन लगा सी कि साडे पासे विद्वान सज्जन आउंदे ने ओह जे स्टेजां दे उत्तों आप जी नूं गुरु महाराज के नाल जोड़ते ने शब्द नाल जोड़ते ने सिख इतिहास नाल जोड़ते ने ते उन्हां दा यतन है कि साडियां ये यादां जो हन असीं कहिंदे हाँ वो लिखती रूप दे विच वी साडे पास बणियां रहिण ते रखण तो भाव साडे पास मानयोग भाई साहब भाई दलेर सिंह जी जोश जिहड़े बड़े ही ढंग दे नाल प्रेम दे नाल कथा नाल गुरबाणी नाल जोड़ते ने उन्होंने कुछ पुस्तकां लिखियां हन। वह पुस्तकां उन्होंने आप तो महीने दिन से चले जाना है कहें कि कुछ याद है जो साड़ी वो इतने लाइब्रेरी के रखना चाहते ने ते वो मैं बेनती करांगा वो जो पुस्तक हम प्रधान जी को पेश कर इन्हों